ਘਰਾਂ ਦੇ ਵਿੱਚ ਮੱਛਰ ਬਹੁਤ ਹੋ ਗਏ ਜੀ, ਆਪਾਂ ਇਹ ਜਿਹਾ ਫਾਰਮੂਲਾ ਲੈ ਕੇ ਆਏ ਅੱਜ ਵੀ ਤੁਹਾਡੇ ਘਰੇ ਮੱਛਰ ਨੇ ਐਂਟਰੀ ਵੀ ਨਹੀਂ ਕਰਨੀ। ਅੱਛਾ, ਦੇਸੀ ਫਾਰਮੂਲਾ? ਦੇਸੀ ਫਾਰਮੂਲਾ, ਤੁਸੀਂ ਕੁਛ ਨਹੀਂ ਕਰਨਾ, ਸਾਰੀਆਂ ਚੀਜ਼ਾਂ ਘਰੇ ਪਈਆਂ ਹੁੰਦੀਆਂ ਨੇ ਆਪਣੇ। ਠੀਕ ਹੈ, ਆਪਾਂ ਬਣਾ ਸਕਦੇ ਵਰਤਣੀ ਕਿਵੇਂ, ਬਣਾਉਣੀ ਕਿਵੇਂ, ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ। ਠੀਕ ਹੈ, ਠੀਕ ਹੈ, ਸਮਾਨ ਦਾ ਇੱਕ ਹੈਗਾ ਆਪਣੇ ਕੋਲ ਆਹ ਹੈ ਜੀ, ਆਪਾਂ ਲਾਲ ਮਿਰਚਾਂ ਕੱਟ ਕੇ ਪਾਣੀ ਹੁੰਦੀ। ਅੱਛਾ, ਕੱਟ ਕੇ? ਹਾਂ, ਜਿਵੇਂ ਆਪਾਂ ਦਾਲ ਬਣਾਉਣੇ ਹੁੰਦੇ ਆ। ਹਾਂ, ਠੀਕ ਹੈ, ਜਿਆਦਾ ਆਪਾਂ ਤਿੱਖੀਆਂ ਜਾਂ ਹਰੀਆਂ ਮਿਰਚਾਂ ਪਾ ਸਕਦੇ ਆ? ਹਾਂ, ਹਰ ਹਾਂ ਮਿਰਚਾਂ ਤਿੱਖੀਆਂ ਹੋਣ, ਜਿੰਨਾ ਚਿਰ ਚੂਲਾ ਚਮੜਿਆਟ ਹੋਵੇ। ਹਾਂ, ਜਾਂ ਆਪਾਂ ਜਮਾ ਸੁੱਕੀਆਂ ਲਾਲ ਮਿਰਚਾਂ ਪਾ। ਹਾਂਜੀ ਹਾਂਜੀ ਯਾਰ, ਦਾਲ ਦੀ ਜਗ੍ਹਾ ਤੇ ਤੁਸੀਂ ਤਾਂ ਮੱਛਰਾਂ ਵਾਲਾ ਫਾਰਮੂਲਾ ਤਿਆਰ ਕਰ ਰਹੇ ਹੋ। ਹਾਂ, ਉਹ ਵੀ ਕੁਦਰਤੀ ਤੌਰ ਤੇ, ਕੁਦਰਤੀ ਤੌਰ ਤੇ ਬਈ, ਬਿਜਲੀ ਮੱਚੇ ਨਾ ਕੋਈ ਹੋਰ, ਆਪਣੇ ਬੈੱਡਾਂ ਥੱਲੇ ਵੜ ਜਾਂਦਾ ਮੱਛਰ। ਠੀਕ ਹੈ, ਖੱਲ ਖੁੰਜਿਆਂ 'ਚ ਬੈਠਿਆ ਰਹਿੰਦਾ ਦਿਨੇ ਮੱਛਰ। ਠੀਕ ਹੈ, ਆਪਾਂ ਅੱਜ ਤੋਂ ਬਾਅਦ ਘਰੇ ਨਹੀਂ ਵੜਨਾ ਮੱਛਰ, ਆਪਾਂ ਤੋੜ ਕੇ ਪਾਣੀ ਇਹਦੇ ਵਿੱਚ ਜੀ। ਆ ਮੱਛਰ ਜੇ ਭਜਾਉਣ ਵਾਲੀ, ਹਾਂ, ਇਹਨੂੰ ਤਾਂ ਵੈਸੇ ਅੱਗ ਲਾਈ ਜਾਂਦੀ ਹੈ, ਤੁਸੀਂ ਇਹਨੂੰ ਗਿੱਲੀ ਕਰਕੇ ਬਾਲੀ ਜਾਂਦੇ ਹਾਂ। ਆਪਾਂ ਇਹਨੂੰ ਬਾਲਣਾ ਹੈ ਦੋਨੇ ਚੀਜ਼ਾਂ ਨੂੰ, ਇੱਕ ਚੀਜ਼ ਹੋਰ ਪਊਗੀ ਅੰਡ ਤੇ ਇਹਦੇ ਜਦੋਂ ਉਬਲ ਗਈ ਇਹ। ਠੀਕ ਹੈ, ਆ ਦੇਖੋ ਇਸ ਤਰੀਕੇ ਨਾਲ ਤੋੜ ਕੇ ਪਾਣੀ, ਤੋੜ ਕੇ ਪਾਉਣੀ ਹੈ ਇਹ ਆਪਾਂ ਨੇ। ਹਾਂ, ਮੱਛਰਾਂ ਵਾਲੀ। ਠੀਕ ਹੈ, ਆ ਦੇਖੋ ਜੀ ਉਬਲਣਾ ਸ਼ੁਰੂ ਹੋ ਗਈ ਹੁਣੇ। ਠੀਕ ਹੈ, ਜੇ ਮੈਂ ਆਪਣੀ ਚਾਹ ਉਬਲਦੀ ਹੁੰਦੀ ਹਾਂ, ਕੈਮੀਕਲ ਆਪਣਾ ਹੋ ਗਿਆ। ਹਾਂ, ਉਹ ਕੈਮੀਕਲ ਤਿਆਰ ਹੋਣ ਲੱਗ ਰਿਹਾ। ਇਹ ਤੋਂ ਬਾਅਦ ਆਪਾਂ ਇਹ 'ਚ ਪਾਣੀ ਹੈਗੀ ਮਿਰਚ, ਆਹ ਲਾਲ ਮਿਰਚ। ਹਾਂ, ਲਾਲ ਮਿਰਚ ਪਾਊਡਰ ਮਿਰਚ ਪੀਸੀ ਹੋਈ। ਹਾਂ, ਠੀਕ ਹੈ, ਇੱਕ ਗਲਾਸ 'ਚ ਤੁਸੀਂ ਅੱਧਾ ਕੁ ਚਮਚਾ ਪਾ ਲਓ। ਠੀਕ ਹੈ, ਅੱਧਾ ਕੁ ਚਮਚਾ ਲਾਲ ਮਿਰਚ ਪਾ ਲਿਆ। ਕਿੰਨਾ ਕੁ ਟਾਈਮ ਉਬਾਲਣਾ ਹੁਣ ਇਹਨੂੰ? ਉਬਾਲਣਾ ਬਸ 1 ਮਿੰਟ ਹੋਰ ਉਬਾਲਾਂਗੇ। ਠੀਕ ਹੈ, ਮਿੰਟ ਉਬਾਲ ਕੇ ਫਿਰ ਅਗਲੀ ਕਾਰਵਾਈ ਹੋਊਗੀ। ਹਾਂ, ਕੈਮੀਕਲ ਤਿਆਰ ਹੋ ਗਿਆ ਜੀ ਆਪਣਾ। ਠੀਕ ਹੈ, ਹੁਣ ਆਪਾਂ ਇਹਨੂੰ ਕਰਦੇ ਹਾਂ ਪਤੀਲੀ ਨੂੰ ਠੰਡੀ। ਪਤੀਲੀ ਨੂੰ ਠੰਡੀ ਕਰਾਂਗੇ ਤਾਂ ਕਿ ਇਹਨੂੰ ਆਪਾਂ ਜਿਹੜੀ ਚੀਜ਼ ਦੇ ਵਿੱਚ ਪਾ ਕੇ ਬਰਤਨ ਹੈ ਉਹ 'ਚ ਆਪਾਂ ਪਾ ਸਕੀਏ। ਹਾਂ, ਤੇ ਇਹ ਜੀ ਐਂ ਹਿਸਾਬ ਲਾ ਲਓ ਵੀ ਸਾਨੂੰ ਵੀ ਇੱਥੇ ਖੜਨਾ ਮੁਸ਼ਕਲ ਹੋ ਰਿਹਾ। ਹਾਂ, ਠੀਕ ਹੈ, ਇਹੀ ਜਿਹਾ ਇਹ ਕੈਮੀਕਲ ਤਿਆਰ ਹੋ ਗਿਆ ਮੱਛਰ ਭਜਾਉਣ ਵਾਲਾ। ਜੇ ਯਕੀਨ ਨਹੀਂ ਆਉਂਦਾ ਤੁਸੀਂ ਕਰਕੇ ਦੇਖ ਲਿਓ ਘਰੇ। ਆਪਾਂ ਇਹਨੂੰ ਪਾਵਾਂਗੇ ਗਲਾਸ 'ਚ ਜੀ। ਅੱਛਾ, ਗਲਾਸ 'ਚ ਪਾਉਣਾ? ਹਾਂ, ਗਲਾਸ 'ਚ ਪਾਉਣਾ। ਆਹ ਦੇਖ ਲਓ ਤੁਸੀਂ, ਰੰਗ ਦੇਖ ਲਓ ਇਹਦਾ, ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਇਹ ਮੱਛਰ ਮਾਰਨ ਵਾਲੀ ਚੀਜ਼ ਬਣ ਗਈ ਕਿ ਨਾ। ਮਾਰਨ ਵਾਲੀ ਨਹੀਂ ਹੈਗੀ ਇਹ, ਮੱਛਰ ਭਜਾਉਣ ਵਾਲੀ ਹੈ। ਭਜਾਉਣ, ਮੱਛਰ ਮਾਰਦੀ ਨਹੀਂ ਹੈਗੀ ਇਹ। ਹਾਂ, ਕਿਉਂਕਿ ਇਹ ਪਾਪ ਵੀ ਨਹੀਂ ਕਰਦੀ, ਇਹ ਮੱਛਰ ਭਜਾਊਗੀ। ਹਾਂਜੀ, ਹੁਣ ਪਾਣਾ ਆਪਾਂ ਇਹਨੂੰ ਬੋਤਲ 'ਚ ਜੀ। ਅੱਛਾ, ਬੋਤਲ ਦੇ ਵਿੱਚ ਪਾਉਣਾ ਇਹਨੂੰ ਆਪਾਂ ਨੇ, ਬਣੇ ਹੋਏ ਕੈਮੀਕਲ ਨੂੰ ਸਾਰੇ ਨੂੰ। ਹਾਂ, ਦੇਖੋ, ਲਓ ਜੀ ਬੋਤਲ ਦੇ ਵਿੱਚ ਆਪਾਂ ਸਾਰਾ ਪਾ ਲਿਆ ਜੀ। ਤੁਸੀਂ ਆਪ ਹੀ ਦੇਖ ਲਓ ਵੀ ਕੀ ਚੀਜ਼ ਬਣ ਗਈ। ਠੀਕ ਹੈ, ਹਾਂਜੀ, ਆਹ ਦੇਖੋ ਇੰਨਾ ਤਿਆਰ ਹੋ ਗਿਆ ਇਹ। ਇੰਨਾ ਤਿਆਰ, ਇਹ ਤੋਂ ਬਾਅਦ ਕਸਣਾ ਆਪਾਂ ਪੰਪ 'ਤੇ ਜੀ। ਪੰਪ ਕਸਣਾ ਉਦੋਂ ਬਾਅਦ ਨਾ, ਤੇ ਇਹਦੀ ਛਿੜਕਣਾ ਕਿੱਥੇ ਉਹ ਤੁਹਾਨੂੰ ਮੈਂ ਦੱਸਦਾ। ਠੀਕ ਹੈ, ਵਰਤੋਂ ਕਿਵੇਂ ਕਰਨੀ ਹੈ? ਹਾਂ, ਦੇਖੋ ਨਾ ਤਾਂ ਇਹਦੇ 'ਚ ਲਾਈਟ ਮੱਚੀ ਆਪਣੀ ਕੋਈ। ਹਾਂ, ਠੀਕ ਹੈ ਨਾ, ਅੱਗੇ ਮੱਚੂਗੀ। ਆ ਜਾਓ ਜੀ, ਆਪਾਂ ਜੇ ਆਪਾਂ ਕੰਧਾਂ 'ਤੇ ਨਹੀਂ ਛਿੜਕਣਾ ਹੈਗਾ ਇਹਨੂੰ। ਅੱਛਾ, ਕੰਧਾਂ 'ਤੇ ਨਹੀਂ ਛਿੜਕਣਾ? ਹਾਂ, ਆਪਾਂ ਥੱਲੇ ਛਿੜਕਣਾ, ਫਰਸ਼ 'ਤੇ। ਫਰਸ਼ 'ਤੇ? ਹਾਂ, ਜਾਂ ਮੰਨ ਕੇ ਚੱਲੋ ਖੂੰਜਿਆਂ 'ਚ। ਹਾਂ, ਜਿਵੇਂ ਆਪਣੇ ਬੈੱਡ ਦੇ ਹੇਠਾਂ। ਹਾਂ, ਜਿਵੇਂ ਆਪਾਂ ਬੈੱਡ ਦੇ ਇੱਥੋਂ ਦੀ ਹੇਠਾਂ ਛਿੜਕ ਸਕਦੇ ਇੱਥੋਂ। ਠੀਕ ਹੈ, ਜਿੱਥੇ ਜਿੱਥੇ ਆਪਣਾ ਮੱਛਰ ਵੜ ਕੇ ਬੈਠਦਾ। ਹਾਂ, ਉੱਥੇ ਆਪਾਂ ਇਹਨੂੰ ਛਿੜਕ ਸਕਦੇ। ਜਿੱਥੇ ਆਪਣੇ ਖੂੰਜੇ ਨੇ ਖੱਲਾਂ ਨੇ ਉੱਥੇ ਉੱਥੇ ਛਿੜਕੋ ਦੇ ਇਹਨੂੰ। ਠੀਕ ਹੈ, ਵੀ ਮੱਛਰ ਅੰਦਰ ਐਂਟਰੀ ਹੀ ਨਹੀਂ ਕਰਦਾ। ਆਉਂਦੀ ਨਹੀਂ ਬਈ ਮੱਛਰ, ਇਹਦੀ ਸਮੈਲ ਹੀ ਇਹੀ ਜੀ ਆ। ਠੀਕ ਹੈ, ਹਾਂ, ਠੀਕ ਹੈ, ਠੀਕ ਹੈ, ਤੇ ਵੀਡੀਓ ਸ਼ੇਅਰ ਕਰ ਦਿਓ, ਹਰ ਇੱਕ ਬੰਦਾ ਵਰਤ ਕੇ ਦੇਖ ਲਿਓ, ਇਹਨੂੰ ਪੂਰਾ ਕਾਮਯਾਬ ਫਾਰਮੂਲਾ ਬਈ। ਤੇ ਗੁੱਡ ਨਾਈਟ ਤਾਂ ਇਕੱਲੇ ਜੀ ਬੰਦ ਕਮਰਿਆਂ 'ਚ ਕੰਮ ਕਰਦੀ, ਖੁੱਲੇ 'ਚ ਵੀ ਕੰਮ ਕਰਦੀ। ਹਾਂ, ਨਾ ਇਹਦਾ ਕੋਈ ਨੁਕਸਾਨ ਵੀ, ਦਮ ਘੁੱਟੂਆ ਜਾਂ ਹੋਰ ਕੁਛ ਵੀ ਨਹੀਂ ਹੁੰਦਾ ਇਹਦੇ ਨਾਲ। ਠੀਕ ਹੈ।